ਜਗਤਾਰ ਸਿੰਘ ਹਵਾਰਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਮੋਹਾਲੀ ਅਦਾਲਤ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਬਰੀ ਕੀਤਾ ਗਿਆ ਹੈ। 1998 ਦੇ ਵਿੱਚ ਦੇਸ਼ ਧਰੋਹ ਦਾ ਇੱਕ ਮਾਮਲਾ, ਦੱਸ ਦਈਏ ਕਿ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਦਰਜ ਹੋਇਆ ਸੀ ਸੋਹਾਣਾ ਥਾਣੇ ਦੇ ਵਿੱਚ, ਜਿਸ ਤੋਂ ਬਾਅਦ ਹੁਣ ਹਵਾਰਾ ਖਿਲਾਫ ਕੋਈ ਪੁਖਤਾ ਸਬੂਤ ਨਹੀਂ ਮਿਲੇ, ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਇਲਜ਼ਾਮਾਂ ਤਹਿਤ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ, ਜਿਨ੍ਹਾਂ 'ਤੇ ਬਹੁਤ ਸਾਰੇ ਮਾਮਲੇ ਦਰਜ ਨੇ, ਅਤੇ ਹੁਣ ਉਹਨਾਂ ਨੂੰ ਰਾਹਤ ਮਿਲੀ ਹੈ। ਮੋਹਾਲੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ। ਜਗਤਾਰ ਸਿੰਘ ਹਵਾਰਾ ਨੂੰ ਦੇਸ਼ ਧਰੋਹ ਦੇ ਇੱਕ ਮਾਮਲੇ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ। ਸੋਹਾਣਾ ਥਾਣੇ ਦੇ ਵਿੱਚ 1998 ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀ, ਅਤੇ ਹੁਣ ਜਗਤਾਰ ਸਿੰਘ ਹਵਾਰਾ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਤਾਂ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਮਲਾ 1998 ਦਾ ਏ, ਜਦੋਂ ਸੋਹਾਣਾ ਥਾਣੇ 'ਚ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਸਰਕਾਰ ਦੇ ਖਿਲਾਫ ਵਿਦਰੋਹ ਕਰਨ, ਭਾਸ਼ਾ ਦੇ ਆਧਾਰ 'ਤੇ ਨਫ਼ਰਤ ਪੈਦਾ ਕਰਨ, ਮਾਹੌਲ ਖਰਾਬ ਕਰਨ ਅਤੇ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਦੇ ਵਿੱਚ ਅੜਚਣ ਪਾਉਣ ਅਤੇ ਹੋਰ ਕਈ ਅਪਰਾਧਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਤਾਂ ਐਡਵੋਕੇਟ ਮੰਝਪੁਰ ਨੇ ਦੱਸਿਆ ਕਿ 2018-19 ਦੇ ਵਿੱਚ ਉਹਨਾਂ ਨੇ ਸਟੇਟਸ ਕੋ ਲਾਈ ਸੀ, ਜਿਸ ਤੋਂ ਬਾਅਦ ਸੈਸ਼ਨ ਕੋਰਟ ਦੇ ਵਿੱਚ ਉਹਨਾਂ ਨੇ ਹਵਾਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਲਾਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਅਤੇ ਹੁਣ ਉਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਦਲੀਲਾਂ ਅਪੀਲਾਂ ਸੁਣਨ ਤੋਂ ਬਾਅਦ ਅਦਾਲਤ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਡਿਸਚਾਰਜ ਕਰ ਦਿੱਤਾ ਗਿਆ, ਦੋਸ਼ ਮੁਕਤ ਕਰ ਦਿੱਤਾ ਗਿਆ, ਇਸ ਕੇਸ ਤੋਂ ਵੱਖ ਕਰ ਦਿੱਤਾ ਗਿਆ, ਭਾਵ ਕਿ ਬਰੀ ਕਰ ਦਿੱਤਾ ਗਿਆ। 4 ਜਨਵਰੀ 2024 ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ ਕੇਸ ਮੁਕੱਦਮਾ ਨੰਬਰ 31/1998 ਅੰਡਰ ਸੈਕਸ਼ਨ 124A, 153A, 225, 511, 120 BIPC ਥਾਣਾ ਸੋਹਾਣਾ ਦਾ ਕੇਸ ਸੀ, ਜਿਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੇ ਸਬੰਧ ਦੇ ਵਿੱਚ 2022 ਦੇ ਵਿੱਚ ਥਰੂ ਵੀਡੀਓ ਕਾਨਫਰੰਸਿੰਗ ਅਰੈਸਟ ਪਾਈ ਗਈ ਸੀਗੀ। ਇਸ ਕੇਸ ਦੇ ਸਬੰਧ ਦੇ ਵਿੱਚ ਪਹਿਲਾਂ 2018-19 'ਚ ਅਸੀਂ ਸਟੇਟਸ ਕੋਰਟ ਲਾਈ ਸੀ, ਬਾਅਦ ਵਿੱਚ ਐਂਟੀਸਪੇਟਰੀ ਬੇਲ ਸੈਸ਼ਨ ਤੋਂ ਖਾਰਜ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ 2021 ਦੇ ਵਿੱਚ ਐਂਟੀਸਪੇਟਰੀ ਬੇਲ ਲਾਈ, ਜਿੱਥੇ ਉਹਨਾਂ ਨੇ ਬੇਲ ਨਹੀਂ ਦਿੱਤੀ ਪਰ ਥੱਲੇ ਕੋਰਟ ਨੂੰ ਰਿਐਕਸ਼ਨ ਕੀਤੀ ਵੀ ਜੇ ਚਲਾਨ ਦੇਣਾ ਤਾਂ ਦਿਓ। ਉਹਨਾਂ ਨੇ ਇਨ ਬਿਟਵੀਨ 2022 ਦੇ ਵਿੱਚ ਇਹਦਾ ਚਲਾਨ ਦੇ ਦਿੱਤਾ। ਚਲਾਨ ਤੋਂ ਬਾਅਦ 124A, 153A ਹੋਣ ਕਰਕੇ ਉਹਦੀ ਸੈਂਕਸ਼ਨ ਨਹੀਂ ਸੀ ਅਤੇ ਅਸੀਂ ਉਹਦੀ ਡਿਸਚਾਰਜ ਦੀ ਐਪਲੀਕੇਸ਼ਨ ਲਾਈ। ਡਿਸਚਾਰਜ ਦੀ ਐਪਲੀਕੇਸ਼ਨ ਆਰਗੂਮੈਂਟ ਹੋਣ ਤੋਂ ਦੇ ਦਰਮਿਆਨ ਹੀ ਪ੍ਰੋਸੀਕਿਊਸ਼ਨ ਉਹਨੂੰ 124A, 153A ਦਾ ਘਾਟਾ ਜੁਰਮ ਕਰਕੇ 225, 511 ਤੇ 120 ਵਿੱਚ ਚਲਾਨ ਦਿੱਤਾ ਗਿਆ ਸੀ, ਜਿਹਦੀ ਕਿ ਪਿਛਲੇ ਦਿਨੀ ਬਹਿਸ ਹੋ ਗਈ ਸੀਗੀ। ਅਤੇ ਅੱਜ ਵਧੀਕ ਸੈਸ਼ਨ ਜੱਜ ਸ਼੍ਰੀ ਕ੍ਰਿਸ਼ਨ ਕੁਮਾਰ ਸਿੰਗਲਾ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਸ ਮੁਕੱਦਮਾ ਦੇ ਵਿੱਚੋਂ ਦੋਸ਼ ਮੁਕਤ ਭਾਵ ਡਿਸਚਾਰਜ ਕਰ ਦਿੱਤਾ ਗਿਆ। ਅਤੇ ਇਸ ਕੇਸ ਦੀ ਜਿਹੜੀ ਲੀਗਲ ਪੈਰਵਾਈ ਆ, ਪੂਰੀ ਲੀਗਲ ਟੀਮ ਦਾਸ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਰਣਜੋਤ ਸਿੰਘ ਸਰਾਓਂ, ਐਡਵੋਕੇਟ ਕੁਲਵਿੰਦਰ ਕੌਰ, ਐਡਵੋਕੇਟ ਦਲਸ਼ੇਰ ਸਿੰਘ ਜੰਡਿਆਲਾ, ਐਡਵੋਕੇਟ ਰਮਨਦੀਪ ਸਿੰਘ ਅਤੇ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਵੱਲੋਂ ਜਿਹੜੀ ਆ ਲੀਗਲ ਟੀਮ ਵੱਲੋਂ ਕੀਤੀ ਗਈ ਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ, ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੀ ਲੀਗਲ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਹਦੇ ਸਦਕਾ ਇਹ ਜਿਹੜਾ ਕੇਸ ਆ ਅੱਜ ਭਾਈ ਜਗਤਾਰ ਸਿੰਘ ਹਵਾਲਾ ਡਿਸਚਾਰਜ ਹੋ ਗਿਆ। ਹੁਣ ਭਾਈ ਜਗਤਾਰ ਸਿੰਘ ਹਵਾਲਾ ਤੇ ਸਿਰਫ ਇੱਕ ਕੇਸ ਖਰੜ ਥਾਣੇ ਦਾ ਜਿਹੜਾ ਪੈਂਡਿੰਗ ਰਹਿ ਗਿਆ, ਬਾਕੀ ਸਾਰੇ ਕੇਸ ਉਹਨਾਂ ਦੇ ਬੇਅੰਤ ਅਸੈਸੀਨੇਸ਼ਨ ਕੇਸ ਤੋਂ ਇਲਾਵਾ ਜਿਹੜੇ ਡਿਸਚਾਰਜ ਨਾਲ ਬਰੀ ਹੋ ਚੁੱਕੇ ਆ। ਉਹ ਇੱਕ ਕੇਸ ਦੇ ਵਿੱਚ ਉਮਰ ਕੈਦੀ ਆ ਤੇ ਇੱਕ ਕੇਸ ਉਹਨਾਂ ਦਾ ਇਸੇ ਅਦਾਲਤ ਦੇ ਵਿੱਚ ਜਿਹੜਾ ਗਵਾਹੀਆਂ ਦੇ ਵਾਸਤੇ ਪੈਂਡਿੰਗ ਆ, ਜਿਹਦੀ ਅਗਲੀ ਤਰੀਕ 8 ਜਨਵਰੀ 2024 ਹੈਗੀ ਹੈ।